अज थोनू करवाने पंजाबी यूनिवर्सिटी पटियाला की सैर, आओ चलिए। पंजाबी यूनिवर्सिटी पटियाला की इनक्वायरी ते पहुँच चुके हैं। इस तो बाद असी मेन गेट वाल चलते हाँ। यह है पंजाबी यूनिवर्सिटी पटियाला का मेन गेट, जिथे कि तुसी अक्सर ही विद्यार्थियों वालों धरने लगते वेखे होणगे। हुण असी टी पॉइंट क्रॉस कर चुके हाँ। अज थोनू पूरी पंजाबी यूनिवर्सिटी पटियाला की सैर करवावांगे ते पंजाबी यूनिवर्सिटी के हर एक डिपार्टमेंट बारे दसांगे कि केड़ा डिपार्टमेंट कित्थे है। जिमें कि तुहानू पता ही है कि हुण एडमिशन शुरू हो चुकिया ने ते नवे विद्यार्थी आ रहे ने, उन्होंने कोई भी परेशानी ना आवे इसलिए ये बना रहे हाँ। मने तुहानू पंजाबी यूनिवर्सिटी का लोगो दिखाई दे रहा। असी लोगों को पहुँच चुके हैं जिथे कि अक्सर विद्यार्थी फोटो करवाते हैं, तो पंजाबी यूनिवर्सिटी इस लोगो के नाते ही जानी जाती है। हर एक गतिविधि गुरु गोबिंद सिंह भवन तो बिना अधूरी है। अगे तुसी बिल्कुल सामने वेख रहे हो श्री गुरु ग्रंथ साहिब भवन। हुण असी श्री गुरु ग्रंथ साहिब भवन कोल पहुँच चुके हैं। हुण असी कला भवन कोल पहुँच गए जिथे कि विद्यार्थियों वालों हर एक कला विखाई जाती है। अगे हुण असी चलांगे जे टी वी हॉल। ये है जे टी वी हॉल जिथे कि सभ्याचारक प्रोग्राम, यूथ फैसटिवल और होर पंजाबी यूनिवर्सिटी जिन्हें भी प्रोग्राम ने वो जे टी वी हॉल से ही करवाए जाते हैं। सामने है पंजाबी डिपार्टमेंट। पंजाबी यूनिवर्सिटी पटियाला हरी भरी हरियाली नाल भरी हुई यूनिवर्सिटी है। इस यूनिवर्सिटी विच हर साल बहुत सारिया एडमिशन्स हुंदियां ने। हर साल हर देश विच्चों विद्यार्थी इत्थे पढ़न लई आउंदे ने। हुण असीं वधदे आं साइंस डिपार्टमेंट वल। पहलां असीं यूनिवर्सिटी दा लोगो, कला भवन, जी टी वी हाल ਅਤੇ ਪੰਜਾਬੀ ਡਿਪਾਰਟਮੈਂਟ ਵੇਖਿਆ। ਇਸ ਦੇ ਲੈਫਟ ਹੈਂਡ ਸਾਈਡ ਹੀ ਸਾਰੇ ਸਾਇੰਸ ਡਿਪਾਰਟਮੈਂਟ ਨੇ। ਸਭ ਤੋਂ ਪਹਿਲਾਂ ਆਉਂਦਾ ਹੈ ਐੱਮ ਐੱਸ ਸੀ ਕੈਮਿਸਟਰੀ ਡਿਪਾਰਟਮੈਂਟ। ਇਸ ਤੋਂ ਬਾਅਦ ਐੱਮ ਐੱਸ ਸੀ ਫਿਜਿਕਸ। ਇਸ ਤੋਂ ਬਾਅਦ ਐੱਮ ਐੱਸ ਸੀ ਬੋਟਨੀ ਡਿਪਾਰਟਮੈਂਟ ਅਤੇ ਲਾਸਟ 'ਤੇ ਐੱਮ ਐੱਸ ਸੀ ਜੋਲੋਜੀ ਡਿਪਾਰਟਮੈਂਟ ਨੇ। ਜੋ ਆਰਟਸ ਬਲੋਕ ਨੇ ਉਹ ਦੂਸਰੀ ਸਾਈਡ ਨੇ। ਇੱਥੇ ਸਿਰਫ ਸਾਇੰਸ ਡਿਪਾਰਟਮੈਂਟ ਹੀ ਨੇ। ਹੁਣ ਅਸੀਂ ਚੱਲਦੇ ਹਾਂ ਗੋਲ ਮਾਰਕੀਟ। ਹੁਣ ਅਸੀਂ ਗੋਲ ਮਾਰਕੀਟ ਕੋਲ ਪਹੁੰਚ ਚੁੱਕੇ ਹਾਂ। ਇਹ ਹੈ ਗੋਲ ਮਾਰਕੀਟ। ਗੋਲ ਮਾਰਕੀਟ ਨੂੰ ਜੀ ਐੱਮ ਵੀ ਕਿਹਾ ਜਾਂਦਾ ਹੈ। ਗੋਲ ਮਾਰਕੀਟ ਤੋਂ ਪਹਿਲਾਂ ਬੈਂਕ ਆਉਂਦੀ ਹੈ, ਇਸ ਤੋਂ ਬਾਅਦ ਗੋਲ ਮਾਰਕੀਟ ਆਉਂਦੀ ਹੈ। ਗੋਲ ਮਾਰਕੀਟ ਦੇ ਬਿਲਕੁਲ ਸਾਹਮਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇੱਕ ਛੋਟਾ ਜਿਹਾ ਪਾਰਕ ਬਣਿਆ ਹੋਇਆ ਹੈ। ਇਸ ਪਾਰਕ ਵਿੱਚ ਤਰ੍ਹਾਂ ਤਰ੍ਹਾਂ ਦੇ ਫਲਾਵਰਸ ਲੱਗੇ ਹੋਏ ਨੇ ਜੋ ਕਿ ਵੇਖਣ ਵਿੱਚ ਬਹੁਤ ਹੀ ਖੂਬਸੂਰਤ ਨੇ। ਇਸ ਪਾਰਕ ਦੇ ਬੈਕ ਸਾਈਡ 'ਤੇ ਹੀ ਇੱਕ ਗੈਸਟ ਹਾਊਸ ਬਣਿਆ ਹੋਇਆ ਹੈ। ਇਸ ਤੋਂ ਰਾਈਟ ਸਾਈਡ ਟਰਨ ਕਰਕੇ ਹੀ ਡਿਸਪੈਂਸਰੀ ਆਉਂਦੀ ਹੈ। ਡਿਸਪੈਂਸਰੀ ਵਿੱਚ ਸਟੂਡੈਂਟਸ ਦਾ ਫ੍ਰੀ ਵਿੱਚ ਇਲਾਜ ਕੀਤਾ ਜਾਂਦਾ ਗਾ। ਹੁਣ ਅਸੀਂ ਇੰਜੀਨੀਅਰਿੰਗ ਡਿਪਾਰਟਮੈਂਟ ਵੱਲ ਚੱਲਦੇ ਹਾਂ। ਸਾਹਮਣੇ ਤੁਹਾਨੂੰ ਇੱਕ ਬਿਲਡਿੰਗ ਨਜ਼ਰ ਆ ਰਹੀ ਹੈ। ਇਹ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇੰਜੀਨੀਅਰਿੰਗ ਡਿਪਾਰਟਮੈਂਟ ਦੀਆਂ ਲੜਕੀਆਂ ਦਾ ਹੋਸਟਲ। ਅੱਗੇ ਇਸ ਦੇ ਬਿਲਕੁਲ ਸਾਹਮਣੇ ਹੀ ਇੰਜੀਨੀਅਰਿੰਗ ਡਿਪਾਰਟਮੈਂਟ ਹੈ ਜਿੱਥੇ ਕਿ ਬੀ ਟੈਕ ਅਤੇ ਐੱਮ ਟੈਕ ਇੰਜੀਨੀਅਰਿੰਗ ਕੋਰਸ ਕਰਵਾਏ ਜਾਂਦੇ ਨੇ। ਹੁਣ
ਹੁਣ ਅਸੀਂ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਬੁਆਇਜ਼ ਹੋਸਟਲ ਕੋਲ ਪਹੁੰਚ ਚੁੱਕੇ ਹਾਂ। ਇਹ ਹੈ ਇੰਜੀਨੀਅਰਿੰਗ ਡਿਪਾਰਟਮੈਂਟ ਦਾ ਬੁਆਇਜ਼ ਹੋਸਟਲ। ਹੁਣ ਤੁਹਾਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ। ਇਹ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਗੁਰਦੁਆਰਾ ਸਾਹਿਬ, ਜਿੱਥੇ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਨੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਡਮਿਨ ਬਲਾਕ ਕੋਲ ਪਹੁੰਚ ਚੁੱਕੇ ਹਾਂ। ਇਹ ਹੈ ਪੰਜਾਬੀ ਯੂਨੀਵਰਸਿਟੀ ਦਾ ਐਡਮਿਨ ਬਲਾਕ। ਇਸ ਦੇ ਬਿਲਕੁਲ ਨਾਲ ਹੀ ਐਗਜ਼ਾਮੀਨੇਸ਼ਨ ਬਲਾਕ ਹੈ, ਜਿੱਥੇ ਕਿ ਪ੍ਰੀਖਿਆ ਸੰਬੰਧੀ ਹਰ ਤਰ੍ਹਾਂ ਦੀਆਂ ਤਰੁੱਟੀਆਂ ਦੂਰ ਹੁੰਦੀਆਂ ਨੇ। ਇਸ ਦੇ ਨਾਲ ਹੀ ਭਗਵਾਨ ਦਾਸ ਦੀ ਕੰਟੀਨ ਹੈ ਅਤੇ ਇਸ ਤੋਂ ਬਾਅਦ ਭਾਈ ਕਾਨ ਸਿੰਘ ਨਾਭਾ ਲਾਇਬ੍ਰੇਰੀ ਹੈ। ਇਹ ਏਸ਼ੀਆ ਦੀ ਬਹੁਤ ਵੱਡੀ ਲਾਇਬ੍ਰੇਰੀ ਹੈ। ਲਾਇਬ੍ਰੇਰੀ ਦੇ ਨਾਲ ਹੀ ਰੀਡਿੰਗ ਰੂਮ ਹੈ। ਹੁਣ ਤੁਹਾਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਖ ਵੱਖ ਗਰਾਊਂਡ ਦਿਖਾਉਂਦੇ ਹਾਂ, ਜਿੱਥੇ ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਪ੍ਰੈਕਟਿਸ ਕੀਤੀ ਜਾਂਦੀ ਹੈ ਅਤੇ ਮੈਚ ਖੇਡੇ ਜਾਂਦੇ ਨੇ, ਜਿਵੇਂ ਕਿ ਫੁੱਟਬਾਲ ਗਰਾਊਂਡ, ਹਾਕੀ ਗਰਾਊਂਡ, ਵਾਲੀਬਾਲ ਗਰਾਊਂਡ, ਆਰਚਰੀ ਗਰਾਊਂਡ, ਸਾਈਕਲਿੰਗ ਗਰਾਊਂਡ, ਬਾਕਸਿੰਗ ਗਰਾਊਂਡ, ਕ੍ਰਿਕਟ ਗਰਾਊਂਡ, ਰਨਿੰਗ ਗਰਾਊਂਡ। ਸਪੋਰਟਸ ਡਿਪਾਰਟਮੈਂਟ ਆ, ਸਪੋਰਟਸ ਦੀਆਂ ਹਰ ਗਤੀਵਿਧੀਆਂ ਇੱਥੇ ਹੀ ਹੁੰਦੀਆਂ ਹਨ। ਇਹ ਲੈਫਟ ਸਾਈਡ 'ਤੇ ਸਾਈਕਲਿੰਗ ਗਰਾਊਂਡ ਹੈ। ਆਰਟਸ ਬਲੋਕ ਸ਼ੁਰੂ ਹੋ ਜਾਂਦੇ ਨੇ। ਇੱਥੇ ਐੱਮ ਏ ਦੀਆਂ ਕਲਾਸਾਂ ਲੱਗਦੀਆਂ, ਜਿਵੇਂ ਐੱਮ ਐੱਡ, ਐੱਮ ਏ ਐਜੂਕੇਸ਼ਨ, ਐੱਮ ਏ ਪੰਜਾਬੀ, ਐੱਮ ਏ ਹਿਸਟਰੀ, ਐੱਮ ਏ ਪੋਲੀਟੀਕਲ, ਐੱਮ ਏ ਸੋਸ਼ੋਲੋਜੀ, ਮੈਥੇਮੈਟਿਕਸ ਆਦਿ। ਇਹ ਸਾਰੀਆਂ ਆਰਟਸ ਬਲੋਕ ਨੇ। ਇਸ ਤੋਂ ਬਾਅਦ
डिस्टेंस एजुकेशन डिपार्टमेंट है,